ਆਹ ਵੇਖੋ ਬਰਫ ਜੰਮੀ ਆ, ਉੱਥੇ ਮੈਂ ਆਪਣੇ ਸਾਈਨ ਕਰ ਲਓ। ਹੁਣ ਬੜੇ ਵੱਡੇ ਪੱਥਰ, ਬਹੁਤ ਬਹੁਤ ਵੱਡੇ। ਹਰ ਇੱਕ ਰੰਗ ਵੇਖਣ ਮੈਂ ਗਿਆ ਵਾ, ਕਾਰਾ ਵੀ, ਪਾਣੀ ਵੀ, ਬਰਫ ਵੀ, ਮਿਕਸ ਵੀ, ਬਲੈਕ ਆਈਸ ਵੀ, ਚਿੱਟੀ ਆਈਸ ਵੀ। ਬਰਫ ਤਿਲਕਣੀ, ਤਿਲਕਾਹਟ ਪੂਰੀ। ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਆਪਾਂ ਇਸ ਵਕਤ ਆ ਬੱਟਲ, ਜਿੱਥੇ ਚਾਚਾ ਚਾਚੇ ਢਾਬਾ ਵਾ। ਕੱਲ੍ਹ ਦੀ ਤੁਸੀਂ ਵੀਡੀਓ ਵੇਖਣਾ, ਇਹ ਤੋਂ ਬੜੀ ਵੀਡੀਓ ਜੇ ਆਹ ਡੇ ਜੰਮੇ ਆ। ਇਹਦੀ ਸੀਟ ਦੇਖੋ, ਇਹਦੇ 'ਤੇ ਬਰਫ ਜੰਮੀ ਆ। ਤੁਹਾਨੂੰ ਕਲੋਜ਼ ਸ਼ੋਟ ਦਿਖਾਉਣਾ, ਕਲੋਜ਼ ਆਹ ਵੇਖੋ, ਬਰਫ ਜੰਮੀ ਆ, ਉੱਥੇ ਮੈਂ ਆਪਣੇ ਸਾਈਨ ਕਰ ਲਓ। ਠੀਕ ਨਹੀਂ, ਇੱਥੇ ਵੀ ਕਰ ਲਓ ਭਾਵੇਂ। ਠੀਕ ਨਹੀਂ, ਸਾਰੀਆਂ ਗੱਡੀਆਂ ਜੰਮੀਆਂ, ਸਾਡੇ ਵੀ ਜੰਮੀਆਂ, ਸਾਰੀਆਂ ਕਾਰਾਂ ਦੇ ਸ਼ੀਸ਼ੇ, ਆਓ ਗੱਡੀਆਂ ਸ਼ੀਸ਼ੇ ਜੰਮੀ ਬਰਫ ਵੇਖੋ। ਆਪਾਂ ਟੈਂਟ ਛੱਡਤਾ ਜੀ ਪਟਲ ਦਾ, ਹੁਣ ਮਨਾਲੀ ਵਾਲਾ ਪੱਤਰ ਫੜ ਗਿਆ। 7 ਵਜੇ ਨਾਸ਼ਤਾ ਮਿਲਣਾ ਸੀ ਕਰਨਾ, ਕਿਉਂਕਿ ਲੇਟ ਹੋ ਜਾਣਾ। ਬੰਦੇ ਰੈਡੀ ਆ, ਬੰਦੇ ਰੈਡੀ ਆ। ਚੱਲ ਉੱਧਰ, ਚਲੋ ਵੀਡੀਓਗ੍ਰਾਫੀ ਹੋਣੀ ਹੈ, ਚਲੋ 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 ਚਲੋ। ਓਕੇ 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 ਜੀ ਓਕੇ। ਪੱਥਰ ਵੱਡੇ ਵੱਡੇ ਆ, ਇਹ ਆਉਣਾ ਫੜ ਲਓ ਜੀ। ਮਨਾਲੀ ਦੇ ਰਸਤੇ ਦੇ ਪੱਥਰ ਪਿਆ। ਵੈਸੇ ਕੱਲ੍ਹ ਮੈਂ ਰਾਈਡਰ 5-6 ਵਜੇ ਰਿਸਕ ਲੈਂਦੇ ਵੇਖੇ ਗਏ ਉਹ, ਪਰ ਰਿਸਕਿਆ ਬੜਾ ਤਗੜਾ। ਕੋਈ ਰੇਜ ਨਹੀਂ ਆ, ਕੋਈ ਦੁਕਾਨ ਨਹੀਂ ਆ, ਅਤੇ ਪਹਾੜਾਂ 'ਚ ਤੂਫਾਨ ਆਉਂਦੇ ਆ ਅਤੇ ਨਿਕਲੇ ਵੱਡੇ 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 ਡਿੱਗਦੇ ਰਹਿੰਦੇ ਆ।
ਦਿਨ ਹੀ ਦੇਖਦੇ ਹੁੰਦੇ ਆ ਅਤੇ ਰੁਕ ਜਾਈਦਾ ਵਾ, ਰਾਤ ਨੂੰ ਫਿਰ ਪੰਗਾ ਪੈ ਜਾਂਦਾ। ਇੱਕ ਇੱਧਰ ਵੀ ਕੈਂਪਿੰਗ ਸਾਈਟ ਹੈਗੀ ਆ ਜੀ, ਇਹ ਜਿਹੜੀ ਸਾਈਟ ਆ ਇੱਥੇ ਨਾ ਮਿੱਟੀ ਦਾ ਘਾਹ ਲਾਇਆ ਵਾ, ਥੋੜ੍ਹੀ ਜਿਹੀ ਮਾਡਰਨ ਕੀਤੀ ਆ ਅਤੇ 32 ਹਜ਼ਾਰ ਤੋਂ ਪਹਿਲਾਂ ਜਾਗੀ ਸੀ ਇੱਥੇ, ਬਾਅਦ 'ਚ ਮਾਲ ਲਗਾਉਣੇ। ਦੋ ਤਿੰਨ ਸਾਲ 'ਚ ਨਾ ਕਾਜਾ ਤੋਂ ਲੈ ਕੇ ਅਤੇ ਲੋਹਸਰ ਤੱਕ ਕਣਕ ਬਣ ਜਾਣੀ ਆ, ਲਗਭਗ 60-70 ਕਿਲੋਮੀਟਰ ਉੱਧਰੋਂ, ਅਤੇ ਇੱਧਰ ਵੀ 30 ਕਿਲੋਮੀਟਰ ਹੈਗੀ ਆ, ਇਹ ਵੀ ਚਲਾ ਵੀ ਚਲਾ ਪਿਆ, 30 ਇੱਧਰੋਂ ਹੈਗੀ, 60 ਉੱਧਰੋਂ ਬਣ ਜਾਣੀ ਆ, ਦੋਵਾਂ ਸਾਲਾਂ ਤੱਕ ਵੀ ਚਲਾ ਵੀ ਚਲਾ ਪੈ ਜੀ ਇਹੋ ਰਹਿ ਜਾਣਾ। ਇਹ ਵੀ ਵੇਖੋ ਬਰਫਾਂ ਢੱਕਿਆ ਰਹਿੰਦਾ ਵਾ ਤਾਂ ਕਰਕੇ ਆ, ਅਤੇ ਜੇ ਇਹ ਵੀ ਬਰਫਾਂ ਨਾਲ ਢੱਕਿਆ ਬੰਦ ਹੋ ਗਿਆ ਤਾਂ ਫਿਰ ਠੀਕ ਹੋ ਜਾਣਾ। ਰਾਤ ਦੇ 2 ਵਜੇ ਮੈਂ ਆਖਿਆ ਤਾਂ ਹਵਾ ਬਿਲਕੁਲ ਹੈ ਨਹੀਂ, ਰਾਤ ਦੇ 2 ਵਜੇ ਤੱਕ 1:30 ਵਜੇ ਤੱਕ ਤਾਂ ਹਵਾ ਇੰਨੀ ਜ਼ਿਆਦਾ ਹੀ ਲੱਗਦਾ, ਟੈਂਟ ਨੇ ਸਾਨੂੰ ਵੀ ਨਾਲ ਹੀ ਡਾਕ ਦੇ ਅੰਤਰਿਕਸ਼ ਵਿੱਚ ਲੈ ਜਾਣਾ, ਇੱਦਾਂ ਦਾ ਸਮਾਂ ਹੀ ਤੁਹਾਨੂੰ ਇਹ ਨਹੀਂ ਪਲਗਾ ਰਾਹ ਕਿੱਧਰ ਨੂੰ ਆ, ਜਿੱਧਰ ਨੂੰ ਟਿੰਡਾ ਮੁੰਡਾ ਜਿਹਾ ਬਣਿਆ ਹੋਣਾ ਵਾ ਉੱਧਰ ਨੂੰ ਵੀ ਚੱਲ ਫੜਾ ਵਾ। ਜਦੋਂ ਤੱਕ ਜਾਣ ਨਾ ਜਾਣ ਦਾ ਕਾਰਨ ਇਹ ਹੀ ਕਿ ਇੱਕ ਤਾਂ ਲੈ ਜਾ ਕੇ ਬਹੁਤੀ ਵੱਡੀ ਨਹੀਂ ਉਹਦਾ ਛੁੱਟੀ ਆ, ਅਤੇ ਦੂਜਾ ਉਹਦਾ ਟਾਈਮ ਬੜਾ ਬਰਬਾਦ ਹੋਣਾ, ਇਹਦੇ ਮੈਂ ਚਾਹੁੰਦਾ ਵੀ ਕੁਝ ਸਮਾਂ ਰਿਲੈਕਸ ਕਰੀਏ, ਇੱਥੇ ਅਸੀਂ ਰੁਕੇ ਹਾਂ, ਫਿਰ ਮੈਂ ਵਾਹਵਾ ਟਾਈਮ ਸਸਪੈਂਡ ਕੀਤਾ, ਸੈਰ ਕੀਤੀ ਸ਼ਾਮਾਂ ਦੀ, ਪਾਣੀ ਦੇ ਕੰਢੇ, ਬਰਫ਼ ਦੇ ਕੰਢੇ ਅਤੇ ਪਹਾੜਾਂ ਦੇ ਕੰਢੇ। ਕੱਲ੍ਹ ਭੇਡਾਂ ਵੇਖੀਆਂ, ਬੱਕਰੀਆਂ ਵੇਖੀਆਂ ਚੱਲਦੀਆਂ, ਅੱਜ ਘੋੜੇ ਜਾਣ ਡੇ ਆ। ਚਲੋ ਰਸਤਾ ਇੱਦਾਂ ਦਾ ਹੀ ਆ, ਅੱਗੇ ਰਸਤੇ ਹੋ ਗਿਆ ਪਿੰਡ ਹੋ ਗਿਆ, ਨੇਰਾ ਹੀ ਪੱਥਰਾਂ ਦਾ, ਲਾਲ ਨਦੀ ਆ, ਰਾਹ ਹੈਗੀ, ਚਾਂਡਾ ਮੁੰਡਾ ਵੀ ਮਾੜਾ ਮੋਟਾ ਬਣਿਆ, ਗੱਡੀਆਂ ਦੇ ਟਾਇਰ ਸਲ ਦੇ ਵਿੱਚ ਦੇਖਦੇ ਆ, ਉੱਧਰ ਨੂੰ ਜਾਂਦੇ ਹਾਂ। ਇੱਕ ਰਸਤਾ ਪਰੇ ਚੱਲ ਗਿਆ ਸੀ, ਹੁਣ ਲੱਗਦਾ ਤਾਂ ਮਿਲਣਗੇ, ਅਤੇ ਖੂਬਸੂਰਤ ਪਾਣੀ ਆ, ਖੂਬਸੂਰਤ ਸਾਰਾ ਕੁਝ ਆ, ਰਾਹ ਛੱਡ ਕੇ ਇਹਨੂੰ ਕਹਿੰਦੇ ਆ ਕਾਜਾ ਰਾਈਡ, ਸਪਿਟੀ ਰਾਈਡ। ਲੋਕ ਲੇਹ ਨੂੰ ਪਹਿਲੇ ਨੰਬਰ ਰੱਖਦੇ ਆ, ਮੈਂ ਲੇਹ ਨੂੰ ਰੱਖੂ 2 ਨੰਬਰ 'ਤੇ, ਇਹ ਜ਼ਿਆਦਾ ਖਤਰਨਾਕ ਆ, ਇੱਥੇ ਦ੍ਰਿਸ਼ ਵੀ ਜ਼ਿਆਦਾ ਹੁੰਦੇ ਆ ਅਤੇ ਖਤਰਨਾਕ ਵੀ ਜ਼ਿਆਦਾ, ਅਤੇ ਪਹਾੜ ਡਿੱਗਦੇ ਕਿਰਦੇ ਪੱਥਰ ਵਗਦੇ ਤੋਂ, ਇੱਕ ਰਾਈਡ ਕਰ ਤੁਹਾਨੂੰ ਹਰ ਚੀਜ਼ ਦੇਖੂਗੀ, ਫਿਰ ਬਰਫ਼ ਡਿੱਗਦੀ ਨਹੀਂ ਦੇਖਦੀ ਕਹਿੰਦੀ, ਬਸ ਆਹ ਚੀਜ਼ ਆ, ਬਰਫ਼ ਡਿੱਗੀ ਦੇਖੂਗੀ, ਲਾਈ ਡਿੱਗਦੀ ਵੇਖ ਰਹੀ ਆ, ਅਤੇ ਫਿਰ ਪੈਂਗੋਂਗ ਲੇਕ ਉੱਥੇ ਡਿੱਗਦੀ ਰਹਿੰਦੀ ਆ। ਉਹਦਾ ਦ੍ਰਿਸ਼ ਜ਼ਿਆਦਾ ਬਿਹਤਰ ਵਧੀਆ ਖਤਰਨਾਕ ਇੱਧਰ ਹੁੰਦੇ ਸਪਿੱਟੀ। ਸ਼ਿਮਲੇ ਵਾਲਾ ਵੱਖਰੀ ਦੇਖਿਆ, ਮਨਾਲੀ ਵਾਲਾ ਕੇ ਵੱਖਰੀ ਦੇਖਿਆ, ਦੋਵਾਂ ਦੇ ਰੰਗ ਆਪਣੇ ਆਪਣੇ ਆ, ਉਹ 420 ਕਿਲੋਮੀਟਰ, ਇਹ 180 ਕਿਲੋਮੀਟਰ, ਪਰ ਦੋਵਾਂ ਦਾ ਸਮਾਂ ਬਰਾਬਰ ਹੀ।
ਉੱਥੇ ਸਰ ਸਰਕਾਰ ਨੇ ਬਣਾਈ ਆ, ਇੱਥੇ ਆਪੇ ਲੱਭੋ ਜੋ ਲੱਭਦਾ ਲੱਭੀ ਜਾਓ। ਲੋਕਾਂ ਦਾ ਸੋਹਣਾ ਪੱਥਰ ਪਿਆ, ਆਪਾਂ ਕੱਲ੍ਹ ਦੁਪਹਿਰ ਦੇ ਰੇਂਜ 'ਚ ਨਹੀਂ ਹੈਗੇ, ਅਜੇ ਵੀ ਰੇਂਜ 'ਚ ਆਪਾਂ ਨਹੀਂ ਹੋਣਾ, ਅਜੇ ਹੋਰ 50 ਕਿਲੋਮੀਟਰ ਜਾਣਾ ਉਹਦਾ ਫਿਰ ਰੇਂਜ 'ਚ ਆਉਣਾ। ਮਨਾਲੀ 100 ਆ ਜਿੱਥੋਂ ਤੁਰੇ ਹਾਂ ਉੱਥੋਂ ਚਾਚਾ ਚਾਚੀ ਢਾਬੇ ਤੋਂ। ਲਓ ਜੀ ਪਹਿਲੀ ਵਾਟਰ ਕ੍ਰੋਸਿੰਗ ਚਾਚਾ ਚਾਚੀ ਦਾ ਢਾਬੇ ਬਾਅਦ ਗਾਂਵ ਸ਼ਾਂ ਕਰ ਪਹਿਲੀ ਵਾਟਰ ਕ੍ਰੋਸਿੰਗ। ਹੁਣ ਮੈਂ ਲੰਘਣ ਲੱਗਾ ਜੀ, ਮੈਂ ਲਓ ਜੀ ਬਿਨਾਂ ਪੈਰ ਗਿੱਲੇ ਕੀਤਿਆਂ ਮੈਂ ਸੌ ਦਾ ਪੂਰ ਕੰਟਰੀ ਮਾਰਦੀ ਹੈ। ਮਗਰ ਬੰਦੇ ਨੇ ਘਣਾ ਕਿਹਾ ਇੱਕ ਆ ਗਿਆ ਬਿਨਾਂ ਗਿੱਲਾ ਹੋਇਆ, ਹੁਣ ਮਾਸਟਰ ਨੇ ਘੜ ਗਏ ਮਾਸਟਰ ਨਹੀਂ ਆਈ ਗਏ ਆ। ਚਲੋ ਚਲੋ ਚਲੋ, ਵੈਰੀ ਗੁੱਡ ਵੈਰੀ ਗੁੱਡ। ਇੱਦਾਂ ਦਾ ਸਫ਼ਰ ਆ ਜੀ, ਨਾ ਕਿ ਤੁਸੀਂ ਨੰਘ ਜਾਓ, ਸਾਰੇ ਨੰਘ ਜਾਣਾ ਵਾ। ਇੱਕ ਵੱਡਾ ਵੱਡਾ ਟਾਇਰ ਥੱਲਿਆ ਗਿਆ, ਫਿਰ ਪੈਰ ਲੱਗ ਜਾਂਦਾ, ਇਹ 'ਚ ਕੋਈ ਦੋ ਰਾਵਾਂ ਨਹੀਂ, ਕਿਸੇ ਦਾ ਵੀ ਪੈਰ ਲੱਗ ਸਕਦਾ। ਅਗਲੀ ਫਿਰ ਵਾਟਰ ਕ੍ਰੋਸਿੰਗ ਆ ਗਈ ਆ, ਥੋੜ੍ਹੀ ਜਿਹੀ ਵਿੱਥ ਪਾਲ ਕੇ ਮੈਂ ਫਿਰ ਸ਼ੁਰੂ ਕਰੂੰਗਾ। ਉਹਦਾ ਕਾਰਨ ਆ ਕਿ ਇਹਨਾਂ ਨੂੰ ਫਲੋ ਮਿਲ ਗਿਆ ਹੋਊ ਨਾ, ਮੈਨੂੰ ਫਲੋ ਰਹੂਗਾ, ਫਿਰ ਲਾਗੇ ਕਰ ਲੈਂਦੇ ਹਾਂ ਦੂਰੋਂ ਉਦੋਂ ਹੀ। ਵੇਖੋ ਵੇਖੋ ਵੇਖਿਓ, ਆਵਾਂ ਉਹ ਨਕਲ ਨਿਕਲ ਗਏ ਗਾਂ, ਮੈਂ ਆਇਆ। ਰੁਕ ਜਾ ਰੁਕ ਜਾ, ਆ ਗਿਆ, ਰੁਕ ਜਾ, ਹੋਲਡ ਹੋਲਡ, ਆ ਗਿਆ ਆ ਗਿਆ ਆ ਗਿਆ। ਲਓ ਚਲੋ ਫਿਰ ਸਟਾਰਟ ਕਰੋ ਤੱਕ ਆਵਾ।
ਦੇਖ ਲਓ ਚਲੋ ਜੀ ਅੱਗੇ ਚਲੋ ਮਗਰ ਆ ਗਈ ਗੱਡੀ ਚਲੋ ਭਗਤੋ ਚਲੋ 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 ਪਿਛਲੀ ਮਰਜ਼ੀ ਰੋਡ ਸੀ ਆਹੋ ਉਹ ਰੋਡ ਆ ਜਿਹਨੂੰ ਅਸੀਂ ਆਫ ਰੋਡ ਕਹਿੰਦੇ ਹੋ ਰੋਡ ਹੀ ਦੋ ਤਿੰਨ ਕਿਲੋਮੀਟਰ ਦੇ ਘੇਰੇ ਘੇਰੇ ਵਿੱਚ ਹੀ ਵਾਟਰ ਕਲਰ ਕਹਿੰਦਾ ਢੇਰ ਲੱਗੇ ਆ ਅੱਗੇ ਵੀ ਆ ਗਈ ਜੀ ਕਮਾਲ ਟੋਰਕ ਦੇ ਕਮਾਲ ਹੈਲੋ ਮੇਰੇ 14 ਇੰਚ ਟਾਇਰ ਆ ਉਹਦੇ 12 ਵਾ ਛੋਟ ਸਕੂਟੀਆਂ ਵਾਲੇ ਆਮ ਤੌਰ 'ਤੇ 10-12 ਅਤੇ ਪਰ ਮਾਸਟਰ ਦਾ ਕਮਾਲ ਆ ਕਰਤਾ ਇਹ ਵੀ ਕਰਤਾ ਪਹਿਲਾਂ ਸਕੂਟੀ ਵੀ ਕਰ ਚੱਲੀ ਅਸੀਂ ਰੱਬ ਮੇਹਰ ਰੱਖੇ ਅੱਗੇ ਵੀ ਚਲੋ ਅੱਗੇ ਜਾ ਕੇ ਮਿਲਦੀ ਆ ਅੱਗੇ ਫਿਰ ਛੋਟੀ ਜਿਹੀ ਆਈ ਆ ਬਰਫ ਹੈ ਸਾਡਾ ਦੀ ਇੱਧਰ ਸੁਕਾ ਵੀ ਆ ਗੱਪਾ ਗਿਆ ਥੋੜ੍ਹਾ ਜਿਹਾ
ਇਹਨੂੰ ਇੱਥੋਂ ਨਿਕਾਹ ਲੈਂਦੇ ਹਾਂ, ਇੱਥੋਂ ਇੱਥੋਂ ਹੁਣ ਸਤੀਕ ਚੜ੍ਹਾਈ ਆ, ਰੇਸ ਪੂਰੀ ਦੇ ਦਿਉ ਅਤੇ ਫਿਰ ਮਾਂ ਹੀ ਚੜ੍ਹਦੇ, ਕਿਉਂਕਿ ਉੱਚਾ ਨਹੀਂ ਆ ਥਾਵਾਂ। ਹੁਣ ਨਾ ਆ ਗਿਆ ਦੋਸਤੋ ਹਿਮ ਸਾਗਰ, ਹਿਮਲੈਂਡ, ਬਰਫ ਦੀ ਦੁਨੀਆ। ਦੋਵੇਂ ਪਾਸੇ ਬਰਫ ਆ ਗਈ ਆ, ਇਹਨੂੰ ਠੱਡ ਮਾਰੋ, ਦੋਵੇਂ ਪਾਸੇ ਬਰਫ ਵਿੱਚ ਆਪਾਂ। ਨਾਲ ਮਾਤਾ ਕ੍ਰਾਸਿੰਗ ਹੀ ਇੱਕ ਛੋਟੀ, ਸਪੀਡ ਹੁੰਦੀ 8 ਦੀ ਲਗਭਗ। ਆ ਵੇਖੋ ਖਿੱਚੀ ਨਹੀਂ ਗਈ, ਇੰਨੀ ਖਿੱਚੀ ਗਈ ਜੇ। ਮੈਂ ਕੱਲ੍ਹ ਹੀ ਪਰਸੋਂ ਨਜ਼ਾਰੇ ਲੈ ਲਏ ਆ, ਰਿਕਾਰਡਿੰਗ 10 ਕੁ ਮਿੰਟ ਦੀ ਕੀਤੀ ਹੋਊਗੀ, ਅਤੇ ਵਾਹਵਾ ਆਨੰਦ ਹੀ ਲਿਆ ਬਰਫ 'ਤੇ। ਇਹਨੇ ਸਾਨੂੰ ਦੁੱਖ ਭੁਲਾਇਆ ਸੀ ਪਿਛਲੇ ਆਫ ਰੋਡ ਦਾ, ਹੁਣ ਆਹ ਆਫ ਰੋਡ ਆ, ਇਹ ਤਾਂ ਬਹੁਤਾ ਹੀ ਆਫ ਰੋਡ ਆ। ਇਹ ਪੱਥਰ ਵੱਡੇ ਪੱਥਰ ਵਾਲਾ, ਪਿਛਲਾ ਆਫ ਰੋਡ ਨਿੱਕੇ ਪੱਥਰ ਵਾਲਾ ਵਾ, ਲੋਹਸਰ ਤੱਕ, ਲੋਹਸਰ ਤੋਂ ਗਾਂ ਫਿਰ ਵੱਡੇ ਪੱਥਰ ਚੁੱਕੇ ਹੋ ਜਾਂਦੇ ਆ। ਬੜਾ ਢੇਰ ਲੱਗਾ ਜੀ, 10 ਫੁੱਟ ਦਾ ਢੇਰ ਹੈਗਾ ਸੱਜੇ ਬੰਨੇ। ਵੀਡੀਓ ਡਿਟੇਲਾਂ ਵਿੱਚ ਬਣਾਉਂਦਾ ਮੇਰਾ ਮਕਸਦ ਆ ਦੱਸਣਾ ਕਿ ਰਿਐਲਿਟੀ ਕੀ ਆ, ਐਵੇਂ ਸੋਹਣੇ ਸੋਹਣੇ ਸੀਨ ਵਿਖਾ ਦਿਉ ਤੁਹਾਨੂੰ, ਜਾਂ ਸਾਰੇ ਖਤਰਨਾਕ ਵਿਖਾ ਦਿਉ ਅਤੇ ਸ਼ੋਅ ਕਰ ਦਿਉ ਵੀ ਇੱਕ ਮਿੰਟ ਵੀ ਜਿਹੜੀ ਰਾਈਡ ਆ ਬੜੀ ਔਖੀ ਆ ਜਾਂ ਬੜੀ ਸੌਖੀ ਆ, ਅਸੀਂ ਸਭ ਕੁਝ ਖਾਣਾ, ਔਖਾ ਕੀ ਆ ਸੌਖਾ ਕੀ, ਜੋ ਰਿਐਲਿਟੀ ਆ ਉਹ ਖਾਈ ਜਾਊਗੀ। ਇਹ ਮਕਸਦ ਆ ਵੀਡੀਓ ਦਾ, ਇਹਦਾ ਹੀ ਰਸਤਾ ਚੱਲਣ ਡਿਆ ਵਾ। ਆਪਾਂ ਤੁਹਾਨੂੰ ਅੱਗੇ ਮਿਲਦੇ ਹਾਂ, ਕੋਈ ਚੇਂਜ ਹੁੰਦੀ ਆ ਅਤੇ ਕ੍ਰਾਸਿੰਗਾਂ ਆ ਹੀ ਜਾਣੀਆਂ, ਜਿਹੜੀਆਂ ਆ ਜਾਣੀਆਂ ਸਾਰੀਆਂ ਹੁਣ ਕੈਮਰੇ 'ਚ ਗੱਲ ਸਕਦਾ, ਪਰ ਮੈਕਸੀਮਮ ਰੱਖੂੰਗਾ। ਬਾਕੀ ਜਿੰਨੀਆਂ ਵੀ ਵੀਡੀਓ ਪਈਆਂ ਯੂਟਿਊਬ 'ਚ ਇੰਨੀ ਡਿਟੇਲ 'ਚ ਨਹੀਂ ਹੋਣਗੀਆਂ, ਜਿੰਨੀਆਂ ਡਿਟੇਲ ਵਿੱਚ ਤੁਹਾਨੂੰ ਮੈਂ ਵਿਖਾਵਾਂਗਾ। ਮੇਰੇ ਮੈਮਰੀ ਕਾਰਡ ਸਾਰੇ ਭਰ ਗਏ ਆ ਜਿੰਨੇ ਮੈਂ ਲੈ ਕੇ ਆਇਆ, ਇਹ ਅੰਡਰਾ ਚੱਲਣ ਡਿਆ ਵਾ। ਹੁਣ ਇਹਨੂੰ ਥੋੜ੍ਹੀ ਥੋੜ੍ਹੀ ਸਰਫੇ ਨਾ ਵਰਤਣਾ, ਗੱਡੀਆਂ ਵੀ ਆਉਂਦੀਆਂ ਤੁਹਾਡੇ ਸਾਹਮਣੇ ਜਾ ਰਹੀ ਆ, ਹੈ ਖਤਰਨਾਕ ਪੈਚ। ਅੱਛਾ ਉੱਥੇ ਰਹਿ ਗਏ, ਉੱਥੇ
ਹੁਣ ਡਿੱਗੇ ਕਿ ਉੱਥੇ ਡਿੱਗੇ? ਉੱਥੇ ਰਹਿ ਗਏ ਹੋਣੇ ਆ, ਚੁੱਕੇ ਨਹੀਂ ਕਹਿੰਦੇ ਕਮਰੇ ਹਨੇਰਾ ਸੀ ਨਾ, ਦੇਖਦਾ ਨਹੀਂ ਚੱਜ ਨਾਲ। ਕੋਈ ਨਹੀਂ ਕੋਈ ਨਹੀਂ, ਇਹਦੇ ਪਾਣੀ ਜਮੇ ਆ ਉਹਦੇ ਵਿੱਚ ਹੀ, ਆਪਣਾ ਜਿਹੜਾ ਥੱਲੇ ਵਹਿੰਦਾ ਉਹਦੇ ਵਿੱਚ ਹੀ, ਨਾਲੇ 'ਚ ਸਾਹਮਣੇ ਪਾਣੀ ਆ ਰਿਹਾ ਵਾ, ਜੰਮਿਆ ਜੰਮੀਆਂ ਲੀਕਾਂ ਦਿਖਣ ਡੀਆਂ। ਅੱਖਾਂ ਪਹਾੜਾਂ ਨੂੰ ਵੇਖ ਕੇ ਨਾ ਇੱਦਾਂ ਲੱਗਦਾ ਪਤਾ ਨਹੀਂ ਆਪਣੇ ਕੀ ਬਣਾਤਾ ਵਾ, ਫਿਰ ਰੱਬ ਹੀ ਚੇਤੇ ਆਉਂਦਾ ਜੀ ਮੈਂ ਤਾਂ। ਰੱਬਾ ਤੂੰ ਬੇਅੰਤ ਆ, ਬੇਅੰਤ ਬੰਦੇ ਦੁਨੀਆਂ ਸਾਰੇ ਇਕੱਠੇ ਹੋ ਜਾਣਾ, ਕਹਿਣ ਵੀ ਅਸੀਂ ਪਹਾੜ ਬਣਾਉਣਾ ਵਾ, ਟਾਈਮ ਖੁੱਲ੍ਹਾ ਦੇ ਦਿੰਦੇ ਹਾਂ, ਪਹਾੜ ਨਹੀਂ ਬਣਾ ਸਕਦੇ ਆਹ ਪਹਾੜ। ਇਹ ਤੋਂ ਸਿਰਫ ਇਹਦਾ 20 ਫੁੱਟ ਦਾ ਹਿੱਸਾ ਹੀ ਕੱਟ ਕੇ ਉਨਾ ਹੀ ਬਣਾ ਦੇਣਾ, ਉਹ ਵੀ ਨਹੀਂ ਬਣ ਸਕਦਾ। ਰੱਬ ਬੇਅੰਤ ਆ, ਬੇਅੰਤ ਜੇ ਸਮਝੀਏ ਨਾ, ਸਮਝੀਏ ਜੇ ਸਮਝੀਏ ਇੱਕ ਤਰੀਕੇ ਨਾਲ ਰੱਬ ਆ ਯੂਨੀਵਰਸਿਟੀ, ਠੀਕ ਆ ਜੀ। ਜਿਹੜੇ ਕਾਲਜ ਆ ਉਹ ਗੁਰੂ ਆ, ਵੱਖ ਵੱਖ ਧਰਮਾਂ ਦੇ ਵੱਖ ਵੱਖ ਗੁਰੂ ਵੱਖ ਵੱਖ ਸਮਿਆਂ 'ਤੇ ਆਏ, ਜਿੱਦਾਂ ਜਿੱਦਾਂ ਸਮੇਂ ਦੀ ਲੋੜੀ ਉੱਦਾਂ ਉੱਦਾਂ, ਠੀਕ ਆ ਜੀ। ਰੱਬ ਯੂਨੀਵਰਸਿਟੀ ਕਾਲਜ ਗੁਰੂ ਹੈਗੇ, ਅਤੇ ਜਿਹੜੇ ਬੱਚੇ ਪੜ੍ਹਦੇ ਆ ਉਹ ਆਪਾਂ ਵਾ, ਆਪਾਂ ਉਹਨਾਂ ਗੁਰੂਆਂ ਤੋਂ ਸਿੱਖਿਆ ਲੈਂਦੇ ਹਾਂ, ਠੀਕ ਆ। ਕੁਝ ਕਾਲਜ ਹੁੰਦੇ ਆ ਮਾਨਤਾ ਪ੍ਰਾਪਤ, ਯੂਨੀਵਰਸਿਟੀ ਉਹਨੂੰ ਰੈਕੋਗਨਾਈਜ਼ ਕਰਦੀ ਕਿ ਵੀ ਸਾਡੇ ਕਾਲਜ ਆ। ਕੁਝ ਯੂਨੀਵਰਸਿਟੀਆਂ ਫੇਕ, ਯੂਨੀਵਰਸਿਟੀਆਂ ਵੀ ਫੇਕ ਬਣਨ ਲੱਗ ਪਈਆਂ, ਜਿਹਦੇ ਕਾਲਜ ਫੇਕ ਹੁੰਦੇ ਆ, ਜਿਹਨਾਂ ਦੀ ਮਾਨਤਾ ਨਹੀਂ ਹੁੰਦੀ ਖਾਸ, ਅਤੇ ਉਹ ਗੁਰੂ ਆ ਜਿਹੜੇ ਆਪੇ ਬਣੇ ਆ। ਹੁਣ ਸਾਡਾ ਫਰਜ਼ ਬਣਦਾ ਵੀ ਪਛਾਣ ਕਿੱਦਾਂ ਕਰਨੀ ਆ, ਪਛਾਣ ਕਰਨੀ ਆ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ, ਤੁਹਾਨੂੰ ਉੱਥੋਂ ਇਹ ਗੱਲ ਦਾ ਪਤਾ ਲੱਗੂਗਾ। ਚਲੋ ਚਲੋ ਮਰਜੀ, ਹੈਂ ਬਣਾ ਰਿਹਾ ਤਾਂ ਹੀ ਕਹਿ ਚਲੋ। ਲੱਤ ਨਾ ਲੱਗੇ, ਲੱਤ ਨਾ ਲੱਗੇ, ਲੱਤ ਨਾ ਲੱਗੇ, ਲੱਤ ਨਾ ਲੱਗੇ, ਠੀਕ ਬਚ ਗਏ। ਰੈਕੋਗਨੇਸ਼ਨ ਹੁਣ ਆਪਾਂ ਰੈਕੋਗਨਾਈਜ਼ ਕਰਨਾ ਵਾ ਵੀ ਕਿਹੜਾ ਕਾਲਜ ਫੇਕ ਆ ਅਤੇ ਕਿਹੜਾ ਕਾਲਜ ਯੂਨੀਵਰਸਿਟੀ ਵੱਲੋਂ ਰੈਕੋਗਨਾਈਜ਼ ਆ। ਇਹ ਨਿਸ਼ਾਨੀਆਂ ਸੁਖਮਨੀ ਸਾਹਿਬ ਪੜ੍ਹ ਲਓ, ਉਹਦੀ ਹਸਪਤਾਲ ਵਿੱਚ ਹੀ ਆ ਜਾਂਦੀਆਂ ਵਾ, ਵਿਆਹ ਗੁਰਬਾਣੀ ਕਿਤੋਂ ਵੀ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਂਦਾ। ਮਾਨੋ ਕਿ ਟੇਕ ਬਿਰਤੀ ਸਾਹਿਬ ਜਾਣ ਦੇਵਨ ਕੋ ਇੱਕ ਹੈ ਭਗਵਾਨ, ਇਹ ਇੱਕ ਤੁੱਕ ਨਾਲ ਗਿਆਨ ਹੁੰਦਾ ਵਾ। ਵਾਹ ਬਰਫ ਦੀਆਂ ਸਲਾਈਡਾਂ, ਬਰਫ ਦੀਆਂ ਸਲਾਈਡਾਂ,
ਚੱਲ ਹਿਮਲੈਂਡ 20-30 ਫੁੱਟ ਉੱਚਾ ਹੋ ਗਿਆ। ਇਹ ਰਸਤਾ ਬੰਦ ਰਹਿੰਦਾ ਵਾ, ਅਸਲ 'ਚ ਮਾਂ ਹੀ ਖੁੱਲ੍ਹਾ ਹੋਣਾ। ਹਲਾ ਅੱਗੇ ਰਾਜਾ ਅੱਗੇ, ਮੇਰਾ ਸਕਰੀਨ ਨੂੰ ਕੱਟ ਕਰਦੀ। ਅਸਲੀ ਹੀ ਅਸਲੀ ਹੋਣ ਆਈ ਆ, ਹੁਣ ਤਾਂ ਪੂਰੇ ਚਾਂਸ ਆ ਬੰਦੇ ਦੇ ਸਲਿਪ ਹੋਣ ਦੇ। ਬਰਫ ਤਿਲਕਣੀ ਤਿਲਕਾਹਟ ਪੂਰੀ। ਹਿਮਲੈਂਡ ਦੇ ਦਰਸ਼ਨ ਫਤਿਹ 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 ਆਲ ਮੋਰਚਾ ਫਤਿਹ। ਹਰ ਇੱਕ ਰੰਗ ਹਰ ਇੱਕ ਰੰਗ ਵੇਖਣ ਨੂੰ ਮਿਲ ਰਿਹਾ। ਉਹ ਡਿੱਗ ਗਿਆ ਸੀ ਹੁਣ ਨਹੀਂ ਕੋਈ ਚੱਕਰ ਮਾਰ ਜੀ, ਕੋਈ ਚੱਕਰ ਨਹੀਂ ਆ, ਤੁਸੀਂ ਲੰਘ ਜਾਣਾ ਵਾ, ਤੁਸੀਂ ਲੰਘਣ ਵਾਲੇ ਬਸ ਸਾਰਾ ਏਰੀਆ। ਬੰਦ ਗਈਆਂ ਸਾਰੀਆਂ, ਇਹ ਕਾਰ ਹੈਗੀ ਆ, ਇਹ ਵੀ ਨਮੂਨਾ ਕੁਛ ਕਰਨਾ ਸੀ। ਤਾਂ ਕਰਨ ਡਿਆ ਪਿਆਣਗੇ, ਹਵਾ ਜੰਮਣ ਡੀ ਆ, ਭਾਫ ਜੰਮ ਜਾਂਦੀ ਆ ਸਾਹ ਵਾਲੀ।
ਇਹ ਦੇਖਦਾ ਨਹੀਂ ਆ। ਹਰ ਇੱਕ ਰੰਗ ਵੇਖਣ ਮਿਲ ਗਿਆ ਵਾ, ਕਾਰਾ ਵੀ, ਪਾਣੀ ਵੀ, ਬਰਫ ਵੀ, ਮਿਕਸ ਵੀ, ਬਲੈਕ ਆਈ ਸੀ, ਚਿੱਟੀ ਆਈ ਸੀ, ਵੱਡੇ ਪੱਥਰ ਇੱਟਾਂ, ਕਈ ਰੰਗ ਪਾਈਦਾ ਨਹੀਂ ਆ ਕਿ ਆਪਾਂ ਸਕੂਟੀ ਰਾਈਡ 'ਤੇ ਆਉਂਦੇ ਹਾਂ ਤੇ ਬਿਲਕੁਲ ਤਿਆਰ ਹੋ ਗਿਆ ਉਹ ਮੋਟਰਸਾਈਕਲ। ਇੱਕਦਮ ਰੈਡੀ ਹੋਣਾ ਚਾਹੀਦਾ ਵਾ ਤੁਹਾਡਾ ਸਰੀਰ, ਇੱਕਦਮ ਰੈਡੀ ਤੁਹਾਡਾ ਹੌਸਲਾ, ਇੱਕਦਮ ਰੈਡੀ। ਤੁਸੀਂ ਆਪਣੇ ਸਰੀਰ ਨੂੰ ਬਿਮਾਰ ਹੋਣ ਨਹੀਂ ਦੇ ਸਕਦੇ, ਥੋੜ੍ਹੀ ਕਿਤੇ ਆ ਕਿਤੇ ਇੱਦਾਂ ਮੈਨੂੰ ਕਹਿਣਾ ਪੈ ਰਿਹਾ ਵਾ। ਕੋਈ ਇਹ ਨਹੀਂ ਕਹਿ ਸਕਦਾ ਮੈਂ ਬਿਮਾਰ ਹਾਂ ਜੀ, ਮੈਂ ਜਾਣਾ ਪੈਣਾ ਵਾ। ਉਹਦੀ ਬਿਮਾਰੀ ਛੋਟੀ ਆ, ਟਾਰਗੇਟ ਵੱਡਾ ਵਾ, ਸੜਕਾਂ ਵੱਡੀਆਂ ਵਾ, ਅੱਗੇ ਖੂਬਸੂਰਤ ਧੁੱਪ ਦੇ ਦਰਸ਼ਨ ਵਿੱਚ ਪਹਿਲੀ ਵਾਰੀ ਜਦ ਸਵੇਰੇ ਤੁਰੇ ਹਾਂ ਇਹ ਹੁਣ ਦੇਖੀ। ਧੰਨ ਧੰਨ ਹੋ ਗਏ ਜੀ, ਹੁਣ ਰਸਤਾ ਸਾਰਾ ਇੱਦਾਂ ਦਾ ਹੀ ਆ, ਹੁਣ ਆਪਾਂ ਕਵਰ ਕਰਨੇ ਹਾਂ ਆਪਣੇ ਹਿਸਾਬ ਨਾਲ, ਫਿਰ ਅੱਗੇ ਜਾ ਕੇ ਤੁਹਾਨੂੰ ਪੱਧਰੇ ਪੁੱਧਰੇ 'ਚ ਮਿਲਣੇ ਆ ਜੀ। ਠੀਕ ਆ ਜੀ, ਰਸਤਾ ਵੇਖ ਲਓ, ਤੁਹਾਨੂੰ ਸਾਰਾ ਖਾਲਸਾ ਮਾਤਰ ਸਾਰਾਂ 'ਚ ਮੈਂ ਵਿਖਾ ਸਕਦਾ ਹਾਂ, ਪੂਰੀ ਸਟੋਰੀ ਨਹੀਂ ਮੈਂ ਦੱਸ ਸਕਦਾ, ਫਿਰ ਵੀ ਬਾਕੀ ਨਾਲੋਂ ਕਿਤੇ ਵੱਧ ਮੈਂ ਦੱਸਿਆ ਹੋਏਗਾ। ਚੰਗਾ ਜੀ, ਅੱਗੇ ਮਿਲਦੇ ਹਾਂ। ਅੱਗੇ ਆਇਆ ਬੋਰਡ, ਉੱਥੇ ਕੀ ਲਿਖਿਆ ਵਾ ਇੱਕ ਤੁਹਾਨੂੰ ਵਿਖਾ ਦਈਏ। ਉੱਥੇ ਆਇਆ ਵਾ ਵੈਲਕਮ ਟੂ ਲਾਹੌਰ ਸਪਿਟੀ, ਚਤਰੂ ਹੈਗਾ 17.5, ਕੋਕਸਰ 41, ਰੋਹਤਾਂਗ 50 ਅਤੇ ਮਨਾਲੀ 101, ਅਜੇ ਵੀ ਹੈਗਾ 101, ਦੂਰੀ ਉੱਥੋਂ ਦਾ 120 ਸੀ। ਕੋਕਸਰ ਜਾ ਕੇ ਰੇਂਜ ਆਉਣੀ ਸਾਡੀ। ਹੋਰ ਰਸਤਾ ਇੱਦਾਂ ਚੱਲ ਰਿਹਾ ਜੀ ਪਿੱਛੇ 2 ਕਿਲੋਮੀਟਰ ਤੋਂ ਇੱਦਾਂ ਦਾ, ਬੰਦੇ ਸਾਡੇ ਆ ਗਏ ਆ ਟਾਂਡੇ ਵਾਲੇ ਜੀ।
ਕੈਮਰਾ ਫਿਰ ਖੋਲ੍ਹਣਾ ਪੈਂਦਾ ਵਾ, ਲੱਗਦਾ ਵੀ ਆਹ ਸੀਨ ਉੱਤਾਂ ਇੱਦਾਂ ਹੁੰਦਾ ਸੀ। ਆਹ ਇੱਕ ਵੱਖਰਾ ਰੰਗ ਆ, ਆਲੇ ਦੁਆਲੇ ਪਹਾੜ ਦੂਰ ਦੂਰ ਆ, ਵਿੱਚ ਇੱਦਾਂ ਵਾ ਜਿਹਦਾ ਪਿਆ ਥੋੜ੍ਹੇ ਲੱਗ ਗਿਆ, ਬੂਟ ਹੋ ਗਏ ਗਿੱਲੇ ਸਮਝੋ। ਓਹੋ ਵਾਟਰ ਫਸ ਗਿਆ ਕੇ ਪਾਣੀ ਵੀ ਚਲਾ ਜਾਓ, ਪਾਣੀ ਚੱਲ ਸੁੱਕ ਜਾਣਾ, ਚੱਲ ਚੱਲ ਮਰ ਚਲੋ। ਬੜੇ ਬੜੇ ਵੱਡੇ ਪੱਥਰ ਜੀ, ਬਹੁਤ ਬਹੁਤ ਵੱਡੇ। ਵੈਰੀ ਵੈਰੀ ਡੇਂਜਰਸ। ਇੱਥੇ ਰੋਕ ਹੀ ਪਈ ਆ, ਪਹਾੜ ਪਿੱਛੇ ਆ, ਇੱਥੇ ਵੀ ਪਹਾੜ ਥੋੜ੍ਹੀ ਜਿਹੀ ਮਗਰੇ ਆ। ਚਲੋ ਹੁਣ ਕੁਝ ਪਿਆ ਚ ਨਿਰੀ ਮਿੱਟੀ ਵਾਲਾ ਆ, ਨਿਰੀ ਮਿੱਟੀ ਵਾਲਾ ਥੋੜ੍ਹਾ ਜਿਹਾ ਹੀ ਆ, ਅੱਗੇ ਫਿਰ ਰੌਕ ਆ ਰਹੀ ਆ। ਹਾਂ ਇੱਦਾਂ ਹੀ ਜਾਈ ਜਾਣ ਡੇ ਆਪਾਂ, ਅਤੇ ਅੱਗੇ ਲੋਹੇ ਦਾ ਪੁੱਲ ਆਇਆ ਵਾ, ਲੋਹੇ ਦਾ ਪੁੱਲ ਥੱਲੇ ਝਰਨਾ ਨਗਾਦਾ, ਨਹੀਂ ਤਾਂ ਇਹ ਵੀ ਵਾਟਰ ਕਰੋਸਿੰਗ ਨਹੀਂ। ਇੱਦਾਂ ਕਰਕੇ ਵਾਟਰ ਕਰੋਸਿੰਗ ਨੂੰ ਬਾਈਪਾਸ ਕੀਤਾ ਗਿਆ ਵਾ। ਇੱਥੇ ਬਹੁਤ ਸਾਰੀਆਂ ਆਈਆਂ ਵਾਟਰ ਕਰੋਸਿੰਗ, ਮੈਂ ਕੈਮਰੇ 'ਚ ਕੈਦ ਨਹੀਂ ਕੀਤੀਆਂ, ਅਤੇ ਸਾਰੀਆਂ ਮੈਂ ਗੇਂਦਾਂ ਦੇ ਘੱਟੋ ਘੱਟ 30 ਕੈਮਰੇ 'ਚ 5-6 ਹੋਣਗੀਆਂ। ਨਿਵਾਣ ਹੀ ਦੋਹਾਂ ਬ੍ਰੇਕਾਂ ਨੂੰ ਫੜ ਕੇ ਫਿਰ ਥੱਲੇ ਉਤਰਿਆ ਜਾਂਦਾ ਵਾ। ਹੁਣ ਰੌਕ ਰੌਕ ਦਾ ਚੱਲਦਾ ਏਰੀਆ, ਪਿਛਲੇ 5-7 ਕਿਲੋਮੀਟਰ ਤੋਂ ਸੁੱਕੇ ਪੱਥਰ ਮੋਟੇ, ਜਿੱਦਾਂ ਯੁੱਗ ਬਦਲ ਗਿਆ ਹੁੰਦਾ ਵਾ, ਪੱਥਰ ਯੁੱਗ ਆ ਗਿਆ, ਪੱਥਰ ਯੁੱਗ, ਪਾਣੀ ਯੁੱਗ, ਹਿਮ ਯੁੱਗ, ਹੁਣ ਪੱਥਰ ਯੁੱਗ ਚੱਲਣ ਡਿਆ। ਅਜੇ ਘਟਾ ਯੁੱਗ ਆਉਣਾ ਪੰਜਾਬ ਦਾ ਅੱਗੇ, ਉਹ ਅੱਗੇ ਆ, ਪੱਥਰ ਵੱਡੇ ਵੱਡੇ ਆ। ਭੇਡਾਂ ਅਤੇ ਬੱਕਰੀਆਂ ਮਿਕਸ ਰੰਗ ਬਿਰੰਗੀਆਂ, ਵੇਖੀ ਵੇਖੀ। ਹੈਲੋ ਕਾਲੋ ਸਿੱਧੀ ਚੱਲ ਪਊ, ਚੱਲ ਬੁਰੀਆਂ ਤੋਂ ਵੀ ਸਿੱਧੀ ਹੋ ਬਾਬੂ। ਚੱਲ ਚੱਲ ਤੂੰ ਕਹਿਣੀ ਮਗਰ ਆ ਗਈ ਆ, ਉਹਨੂੰ ਕਹਿਣਾ ਪੱਕੀ ਨੂੰ ਕਹਿਣਾ ਪੱਕੀ ਮਗਰ ਆ ਗਈ, ਬੱਕਰੀ ਨੂੰ ਕਿਹਾ ਮੈਂ ਘੰਟੇ ਬਾਅਦ ਪਿਸ਼ਾਬ ਕਰਨਾ।
ਚਿੱਕੜ ਚੁੱਗ ਹੈ, ਚਿੱਕੜ ਚੁੱਗ ਸੀ ਇਹ। ਮੈਂ ਅਮਰੀਕਾ ਭਰ ਗਿਆ ਸੀ, ਮੈਂ ਅਮਰੀਕਾ ਰੋਕਿਆ ਵਾ ਛੱਪੜੂ ਤੋਂ ਥੋੜ੍ਹਾ ਪਹਿਲਾਂ ਇੱਦਾਂ ਦੀ ਇੱਕ ਜਗ੍ਹਾ ਹੁੰਦੀ ਆ ਜੋ ਚਲੇ ਚਾਚਾ ਢਾਬੇ ਤੋਂ, ਇਹ ਪਹਿਲੀ ਜਗ੍ਹਾ ਵਾ ਅਤੇ ਇੱਥੇ ਆਪਾਂ ਕਾਰਡ ਭਰ ਲਿਆ ਵਾ, ਥੋੜ੍ਹੀ ਜਿਹੀ ਚਾਹ ਪੀਣੇ ਆ ਅਤੇ ਨਿਕਲਦੇ ਹਾਂ। ਸੋਚਣਾ ਇਹ ਆ ਵੀ ਇੱਥੋਂ ਅੱਗੇ ਅੱਗੇ ਥੋੜ੍ਹਾ ਜਾਣਾ ਵਾ ਅਤੇ ਰਸਤੇ ਮੁੜਨੇ ਆ ਖੱਬੇ ਅਤੇ ਸੱਜੇ, ਜੇ ਖੱਬੇ ਚੱਲ ਗਏ ਅਸੀਂ ਉੱਤਰ ਤਾਂ ਪਾਸ ਨੂੰ ਪਹੁੰਚ ਜਾਣਾ ਵਾ, ਜੇ ਅਸੀਂ ਖੱਬੇ ਗਏ ਤਾਂ ਫਿਰ ਅਸੀਂ ਅੱਡਾ ਟਰਨ ਜਾਣਾ ਵਾ, ਆਪਾਂ ਜਾਣਾ ਅੱਡਾ ਟਰਨ ਨੂੰ ਅਸੀਂ ਸੱਜੇ ਜਾਣਾ ਵਾ ਖੱਬੇ ਰੋਹਤਾਂਗ ਪਾਸ ਆ। ਹੁਣ ਇੱਥੇ ਨਿਕਲਦੇ ਹਾਂ ਆਪਾਂ ਫਟਾਫਟ, ਮੈਮਰੀ ਕਾਰਡ ਹੁਣ ਮੇਰੇ ਕੋਲ ਘੱਟ ਗਏ ਆ ਅਤੇ ਮੈਮਰੀ ਹੁਣ ਵਿੱਚੋਂ ਵਿੱਚੋਂ ਕਵਰ ਕਰਾਂਗੇ ਜਿੰਨੀ ਕੁ ਅਸੀਂ ਕਰ ਸਕਾਂਗੇ ਜੀ। ਇਹਨਾਂ ਨੂੰ ਰਿਟਾਇਰਮੈਂਟ ਨਾ ਮਨਾਲੀ ਜਾ ਕੇ ਦਊਂਗਾ, ਪਰ ਇਹਨਾਂ ਦਾ ਕੰਮ ਇੱਥੇ ਹੀ ਹੋ ਗਿਆ ਵਾ, ਇਸ ਲਈ ਇਹਨਾਂ ਨੂੰ ਇੱਥੇ ਰਿਟਾਇਰਮੈਂਟ ਜਿਹੜੀ ਆ ਪਾਰਟੀ ਜਿਹੜੀ ਮੈਂ ਦੇਣ ਲੱਗਾ ਵਾ ਜੀ ਆਹ ਸਾਈਡ ਥਾਂ 'ਤੇ। ਚਾਹ ਪੀ ਕੇ ਥੋੜ੍ਹੀ ਜਿਹੀ ਮੈਗੀ ਖਾ ਕੇ ਅਸੀਂ ਆਪਣਾ ਸਫ਼ਰ ਫਿਰ ਸ਼ੁਰੂ ਕੀਤਾ ਵਾ। ਹੁਣ ਗਾਲਾ ਲੈਂਡ 'ਤੇ ਹੇਮੋ ਲੈਂਡ ਇਕੱਠੀਆਂ ਆਈਆਂ ਵਾ,